ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਕਰਨ ਜੌਹਰ ਅੱਜ ਆਪਣੀ ਬਿਮਾਰ ਮਾਂ ਦੇ ਜਨਮ ਦਿਨ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਕਰਨ ਜੌਹਰ ਦੇ ਬੱਚੇ ਤੇ ਅਦਾਕਾਰ ਰਾਣੀ ਮੁਖਰਜੀ ਵੀ ਉਹਨਾਂ ਦੇ ਨਾਲ ਮੌਜੂਦ ਸਨ। ਦੱਸ ਦਈਏ ਕਿ ਕਰਨ ਜੌਹਰ ਦੀ ਮਾਂ ਹੀਰੂ ਜੌਹਰ ਦਾ ਅੱਜ 80ਵਾਂ ਜਨਮ ਦਿਨ ਹੈ। ਉੱਥੇ ਹੀ ਰਾਣੀ ਮੁਖਰਜੀ ਦੀ ਬੀਤੇ ਦਿਨੀ 17 ਮਾਰਚ ਨੂੰ ਫਿਲਮ ਮਿਸਿਸ ਚੈਟਰਜੀ ਵਰਸਿਸ ਨਾਰਵੇ ਰਿਲੀਜ਼ ਹੋਈ ਹੈ। ਰਾਣੀ ਮੁਖਰਜੀ ਦੀ ਇਹ ਫਿਲਮ ਬੇਹੱਦ ਭਾਵੁਕ ਕਰਨ ਵਾਲੀ ਹੈ। ਆਪਣੀ ਫਿਲਮ ਦੀ ਸਫਲਤਾ ਲਈ ਵੀ ਰਾਣੀ ਮੁਖਰਜੀ ਨੇ ਗੁਰੂ ਘਰ ਦਾ ਆਸ਼ੀਰਵਾਦ ਲਿਆ। ਰਾਣੀ ਮੁਖਰਜੀ ਬੇਹੱਦ ਸਾਦਗੀ ਵਿੱਚ ਦਿਖਾਈ ਦਿੱਤੇ ਨੇ। ਆਪਣੀ ਅਲੱਗ ਆਵਾਜ਼ ਦੇ ਚੱਲਦੇ ਫਿਲਮ ਜਗਤ 'ਚ ਪਹਿਚਾਣ ਬਣਾਉਣ ਵਾਲੀ ਰਾਣੀ ਮੁਖਰਜੀ ਅੱਜ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਮੌਕੇ ਦੀਆਂ ਕੁਝ ਤਸਵੀਰਾਂ। ਧਿਆਨ ਦਿਓ ਭਾਜੀ, ਪਿੱਛੋਂ ਟੈਂਪਲ ਯਾਰ, ਪਿੱਛੇ ਆ ਜਾਓ ਥੋੜਾ ਥੋੜਾ ਭਾਜੀ, ਪਿੱਛੋਂ ਟੈਂਪਲ ਨਹੀਂ ਆ ਰਿਹਾ ਨਾ। ਕਰਨ ਜਾ ਰਹੀ ਹੈ।